ਜੰਮੂ ਕਸ਼ਮੀਰ ਦੇ ਵਿੱਚ ਅੱਤਵਾਦੀ ਹਮਲੇ ਦੌਰਾਨ ਜਿਹੜਾ ਇੱਕ ਜਿਹੜੇ ਫੌਜੀ ਦੀ ਜਿਹੜੀ ਹੈ ਡੈਥ ਹੁੰਦੀ ਹੈ, ਦੱਸਦੀ ਹੈ ਕਿ ਗੋਲੀ ਲੱਗਣ ਨਾਲ ਕੁਲਦੀਪ ਸਿੰਘ ਨਾਮਕ ਫੌਜੀ ਦੀ ਜਿਹੜੀ ਹੈ ਉੱਥੇ ਮੌਤ ਹੋ ਜਾਂਦੀ ਹੈ। ਅਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਇਸ ਵਕਤ ਤਰਨ ਤਾਰਨ ਦੇ ਪਿੰਡ ਬੁਰਜ ਦੇ ਰਹਿਣ ਵਾਲੇ ਸੀ ਔਰ ਇਹ ਪਰਿਵਾਰ ਦੀਆਂ ਤਸਵੀਰਾਂ ਨੇ ਉਹਨਾਂ ਦੇ ਮਾਤਾ ਜੀ, ਹਾਲਾਂਕਿ ਉਹਨਾਂ ਦੀ ਜਿਹੜੇ ਪਤਨੀ ਔਰ ਬੱਚੇ ਨੇ ਉਹ ਜੰਮੂ ਦੇ ਵਿੱਚ ਹੀ ਉੱਥੇ ਰਹਿੰਦੇ ਨੇ। ਪਰਿਵਾਰ ਦੇ ਵਿੱਚ ਜਿਹੜੀ ਹੈ ਸੋਗ ਦੀ ਲਹਿਰ ਹੈ, ਉੱਥੇ ਉਹਨਾਂ ਦੇ ਘਰਦਿਆਂ ਨਾਲ ਗੱਲਬਾਤ ਕਰਦੇ ਹਾਂ। ਕੁਲਦੀਪ ਸਿੰਘ ਉਹਨਾਂ ਨਾਲ ਕਦੋਂ ਤੁਹਾਡੀ ਗੱਲਬਾਤ ਹੋਈ ਔਰ ਕਦੋਂ ਤੁਹਾਨੂੰ ਇਸ ਬਾਰੇ ਪਤਾ ਲੱਗਾ? ਮੇਰੀ ਸਰ ਪਰਸੋਂ ਸਰ 12:30 ਵਜੇ ਗੱਲ ਹੋਈ ਕੁਲਦੀਪ ਸਿੰਘ ਨਾਲ, ਕੁਝ ਮੇਰੀ 1 ਘੰਟਾ ਗੱਲ ਚੱਲਦੀ ਰਹੀ ਉਹਨਾਂ ਨਾਲ, ਇੱਦਾਂ ਹੀ ਘਰ ਦੀਆਂ ਘਰੇਲੂ ਗੱਲਾਂ ਕਰਨ ਦੇ ਕਰਦੇ 1 ਘੰਟਾ ਉਹਨਾਂ ਦਾ ਡਿਊਟੀ ਤੇ ਸੀ, ਉਹ ਟਾਈਮ ਪਾਸ ਕਰਨ ਦੇ ਸੀ ਤਾਂ ਮੈਂ ਵੀ ਟਾਈਮ ਪਾਸ ਕਰਦਾ, ਮੈਂ ਵੀ ਗੱਡੀ ਚਲਾਉਣਾ, ਮੈਂ ਵੀ ਗੱਡੀ ਚਲਾਈ, ਗੱਡੀ ਖਾਲੀ ਹੁੰਦੀ ਆਪਾਂ ਟਾਈਮ ਪਾਸ ਕਰਦੇ ਰਹੇ ਗੱਲਾਂ ਕਰਕੇ। ਉਸ ਤੋਂ ਬਾਅਦ ਸਰ ਮੇਰੀ ਬੇਟੀ ਨੇ ਤੇ ਅਗਲੇ ਦਿਨ ਫੋਨ ਲਾਇਆ ਤੜਕੇ, ਕਹਿੰਦਾ ਕਿ ਮੈਂ ਡਿਊਟੀ ਤੋਂ ਆਇਆ ਆ ਤੇ ਮੈਂ ਬੱਚੇ ਨੂੰ ਮੈਗੀ ਬਣਾ ਕੇ ਦੇਣ ਦਿਆ, ਮੈਗੀ ਕਹਿੰਦਾ ਖਾਣੇ ਤੇ ਮੈਂ ਮੈਗੀ ਬਣਾ ਕੇ ਦੇਣ ਦਿਆ ਆ, ਤੇ ਪਤਨੀ ਮੇਰੀ ਥੋੜੀ ਢਿੱਲੀ ਠੀਕ ਨਹੀਂ ਤੇ ਮੈਂ ਇਸ ਕਰਕੇ ਉਹਨਾਂ ਨੂੰ ਮੈਗੀ ਬਣਾ ਕੇ ਦੇਣ ਦਿਆ ਬੱਚਿਆਂ ਨੂੰ। ਸਾਡੀ ਗੱਲ ਹੋਈ ਸਰ ਬਿਲਕੁਲ ਉਹਨਾਂ ਦੇ ਮਾਤਾ ਜੀ ਵੀ ਆ, ਹਾਲਾਂਕਿ ਸ਼ੋਕ ਦੀ ਲਹਿਰ ਹੈ ਘਰ ਦੇ ਵਿੱਚ, ਲੋਕ ਜਿਹੜੇ ਨੇ ਆਸ ਪਾਸ ਦੇ ਸਾਰੇ ਇਕੱਠੇ ਹੋਏ ਨੇ। ਮਾਤਾ ਜੀ, ਕੁਲਦੀਪ ਸਿੰਘ ਹੋਣਾ ਦਾ ਸੁਭਾਅ ਕਿਸ ਤਰ੍ਹਾਂ ਦਾ ਸੀ, ਕਦੋਂ ਤੁਹਾਡੀ ਗੱਲਬਾਤ ਹੋਈ? ਮੇਰੀ ਕੱਲ ਹੋਈ ਜੋ 10 ਵਜੇ ਹੋਈ ਸੀ, ਤੇ ਆਂਦੇ ਆ ਵੀ ਮੰਮੀ ਜੀ ਰੋਟੀ ਖਾ ਲਈ, ਮੈਂ ਕਿਹਾ ਹਾਂਜੀ ਰੋਟੀ ਮੈਂ ਖਾ ਲਈ ਆ, ਤੇ ਦਵਾਈ ਖਾ ਲਈ ਜੇ, ਮੈਂ ਕਿਹਾ ਹਾਂਜੀ ਖਾ ਲਈ ਆ, ਇਹ ਦਵਾਈ ਨਾ ਛੱਡਿਓ, ਦਵਾਈ ਖਾਂਦੇ ਰਹੋ। ਮੁੜ ਕੇ ਆਂਦਾ ਵੀ ਮੈਂ ਡਿਊਟੀ ਤੇ, ਮੁੜ ਕੇ ਉਹਨੇ ਫੋਨ ਕੱਟ ਦਿੱਤਾ। ਹਾਂਜੀ, ਕੁਲਦੀਪ ਸਿੰਘ ਹੋਣੀ ਵੱਡੇ ਸੀ ਪਰਿਵਾਰ 'ਚ ਤੇ ਕਿੰਨੇ ਬੱਚੇ ਸੀ ਉਹਨਾਂ ਦੇ? ਗੁੱਡੀ ਤੇ ਕਾਕਾ ਵੱਡੇ ਸੀ। ਹਾਂਜੀ, ਜਿਹੜੇ ਬਾਕੀ ਜਿਹੜੇ ਨੇ ਉਹਨਾਂ ਦੇ ਤੁਹਾਡੇ ਬੇਟੇ ਜਿਹੜੇ ਨੇ ਉਹ ਕੁਲਦੀਪ ਹੁਣਾਂ ਨੂੰ ਮਹਾ 10-15 ਦਿਨ ਹੋ ਗਏ, 12 ਦਿਨ ਗਏ, ਤੇ ਬੜਾ ਸੋਹਣਾ ਹੱਸਦਾ ਖੇਡਦਾ ਮੇਰੇ ਨਾਲ ਗਿਆ, ਕੋਈ ਕੋਈ ਨਿੰਦ ਨੀ, ਕੋਈ ਵਿਚਾਰ ਨੀ, ਕੋਈ ਸਾਡੀ ਕੋਈ ਕਹਿ ਨਹੀਂ, ਕੋਈ ਕੋਈ ਗੱਲ ਨਹੀਂ ਹੋਈ। ਮਾੜਾ ਗੱਲ ਜਿਹੜੀ ਆ ਜ਼ਰੂਰ ਹੋਈ ਆ ਫੌਜ ਦੇ ਵਿੱਚ, ਇੱਕ ਜਦੋਂ ਨੌਕਰੀ ਕਰਦੇ ਨੇ ਕੁਲਦੀਪ ਸਿੰਘ ਤੇ ਇੱਕ ਫਕਰ ਵੀ, ਦੇਸ਼ ਵਾਸਤੇ ਸ਼ਹੀਦ ਹੋਏ ਨੇ, ਕਿ ਫਕਰ ਵੀ ਮਹਿਸੂਸ? ਨਹੀਂ ਜੀ, ਕੋਈ ਨਹੀਂ ਸੀ ਮਹਿਸੂਸ ਹੈਗਾ, ਇੱਥੋਂ ਤੇ ਘਰੋਂ ਤੇ ਹੱਸਦਾ ਖੇਡਦਾ ਗਿਆ, ਉੱਥੇ ਵੀ ਮੈਨੂੰ 2-3 ਵਾਰੀ ਫੋਨ ਕੀਤਾ ਜਾਂਦੇ ਆ। ਬਿਲਕੁਲ, ਹਾਲਾਂਕਿ ਪਰਿਵਾਰ ਦੇ ਨਾਲ ਹੋਰ ਗੱਲ ਗੱਲ ਕਰਦੇ ਹਾਂ ਜੀ, ਕੁਲਦੀਪ ਸਿੰਘ ਹੋਣੀ ਫੌਜ 'ਚ ਨੌਕਰੀ ਕਰਦੇ ਸੀ, ਦੇਸ਼ ਵਾਸਤੇ ਸ਼ਹੀਦ ਹੋਏ ਨੇ, ਕੀ ਕਹਿਣਾ ਚਾਹੁੰਦੇ? ਸਰ ਮੈਂ ਮਾਨ ਸਾਹਿਬ ਗੜੀ ਇਹੀ ਬੇਨਤੀ ਕਰਦਾ ਆ ਕਿ ਉਹਨਾਂ ਦੀ ਫੈਮਿਲੀ ਨੂੰ ਸਰਕਾਰੀ ਜੌਬ ਦਿੱਤੀ ਜਾਵੇ, ਕਿਤੇ ਵੀ ਜੌਬ ਦਿੱਤੀ ਜਾਵੇ ਸਰਕਾਰੀ ਜੌਬ ਤੇ, ਤਾਂ ਕਿ ਉਹ ਆਪਣੇ ਬੱਚਿਆਂ ਨੂੰ ਪਾਲ ਸਕੇ। ਦੋ ਉਹਨਾਂ ਦੇ ਇੱਕ ਸਰ 2 ਬੱਚੇ, ਇੱਕ ਬੇਟੀ ਇੱਕ ਬੇਟਾ, ਬੇਟੀ ਸਰ ਬਿਲਕੁਲ ਛੋਟੀ ਆ, 1 ਸਾਲ ਤੇ 1 ਮਹੀਨੇ ਦੀ ਹੋਈ ਆ ਸਰ, ਤੇ ਮੈਂ ਚਾਹੁੰਦਾ ਕਿ ਉਹਨਾਂ ਦੇ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਦਿੱਤੀ ਹੈ, ਜੋ ਵੀ ਉਹਨਾਂ ਦਾ ਬਣਦਾ ਆ, ਜਿੱਦਾਂ ਮਾਨ ਸਾਹਿਬ ਆ ਕਹਿੰਦੇ ਸੀ ਵੀ ਅਸੀਂ ਮਾਨ ਸਾਹਿਬ ਦੇਣਦੇ 1-1 ਕਰੋੜ ਰੁਪਇਆ ਵੀ ਦੇਣਦੇ ਆ ਹਰ ਇੱਕ ਦੇ ਸ਼ਹੀਦ ਪਰਿਵਾਰ ਦੇ ਨੂੰ, ਤੇ ਉਹਨਾਂ ਨੂੰ ਇਹ ਵੀ ਦੇਣਾ ਚਾਹੀਦਾ, ਨੌਕਰੀ ਵੀ ਦੇਣੀ ਚਾਹੀਦੀ ਆ। ਬਿਲਕੁਲ ਭਗਵੰਤ ਮਾਨ, ਉਹਨਾਂ ਨੂੰ ਇਸ ਵੱਲ ਜ਼ਰੂਰ ਜਿਹੜਾ ਧਿਆਨ ਦੇਣਾ ਚਾਹੀਦਾ, ਕਿਉਂਕਿ ਦੇਸ਼ ਵਾਸਤੇ ਉਹਨਾਂ ਨੇ ਜਿਹੜੀ ਆ ਸ਼ਹਾਦਤ ਦਿੱਤੀ ਹੈ। ਔਰ ਦੂਸਰੀ ਆਪਾਂ ਗੱਲ ਕਰ ਲਈਏ ਤਾਂ ਕਦੋਂ ਉਹਨਾਂ ਦੀ ਡੈਡ ਬੋਡੀ ਇੱਥੇ ਘਰ ਆਏਗੀ ਔਰ ਕਦੋਂ ਅੰਤਿਮ ਸੰਸਕਾਰ? ਸਰ ਮੈਂ ਸਰ ਉਹਨਾਂ ਦੇ 2SC ਸਾਹਿਬ ਨਾਲ ਗੱਲ ਕੀਤੀ ਸੀ ਸਰ, ਉਹ ਮੈਨੂੰ ਕਹਿੰਦੇ ਆ ਕਿ ਡੈਡ ਬੋਡੀ ਜਿਹੜੀ ਆ ਤੁਹਾਡੇ ਘਰ ਸਵੇਰੇ ਤੜਕੇ 3:30-4 ਵਜੇ ਤੱਕ ਆ ਜਾਏਗੀ, ਉਸ ਹਿਸਾਬ ਨਾਲ ਤੁਸੀਂ ਸੰਸਕਾਰ ਕਰ ਲਿਓ ਸਰ ਉਹਦਾ, 12:30-1 ਵਜੇ ਤੱਕ ਸੰਸਕਾਰ ਕਰ ਲਿਓ, ਤਾਂ ਕਿ ਉਹਨਾਂ ਦੇ ਜਿਹੜੇ ਆਰਮੀ ਦੇ ਕੁਝ ਬੰਦੇ ਆ ਸਲਾਮੀ ਦੇਣ ਵਾਸਤੇ, ਉਹ ਵੀ ਆ ਜਾਣਗੇ, ਹਾਜ਼ਰ ਹੋ ਜਾਣਗੇ ਤੁਹਾਡੇ ਕੋਲ ਜੀ ਸਰ। ਬਿਲਕੁਲ, ਉਹਨਾਂ ਦੇ ਪਰਿਵਾਰਕ ਮੈਂਬਰ ਹੋਰ ਵੀ ਇਸ ਜਿਹੜੇ ਘਰ ਦੇ ਵਿੱਚ ਪਹੁੰਚੇ ਹੋਏ ਨੇ ਔਰ ਉਹਨਾਂ ਦੇ ਪਿਤਾ ਜੀ ਜਿਹੜੇ ਨੇ ਇੱਥੇ ਉਹ ਵੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਵੀ ਕਰਨ ਦੀ ਜਿਹੜੀ ਆ ਕੋਸ਼ਿਸ਼ ਆਪਾਂ ਕਰਦੇ ਹਾਂ ਪਰਿਵਾਰ ਦੇ ਨਾਲ।
ਬਹੁਤ ਕੁਲਦੀਪ ਸਿੰਘ ਹੋਣਾ ਦਾ ਤੁਹਾਡੇ ਨਾਲ ਗੱਲਬਾਤ ਹੋਈ ਹੋਣੀ ਹੈ ਜੀ, ਆਖਰੀ ਗੱਲ ਕਦੋਂ ਹੋਈ ਸੀ ਔਰ ਕੀ ਗੱਲਬਾਤ ਹੋਈ ਹੈ ਪਿਤਾ ਜੀ ਨੇ ਉਹਨਾਂ ਦੇ ਕੀ ਗੱਲਬਾਤ ਹੋਈ? ਮੇਰੀ ਉਹਨਾਂ ਨਾਲ ਕੁਛ 30 ਤਰੀਕ ਦੀ ਗੱਲ ਹੋਈ ਹੈ। ਅੱਛਾ ਜੀ, ਉਸ ਤੋਂ ਬਾਅਦ ਨਹੀਂ ਹੋਈ, ਉਸ ਤੋਂ ਬਾਅਦ ਨਹੀਂ। ਫਕਰ ਜਿਹੜਾ ਕਿਤੇ ਨਾ ਕਿਤੇ ਦੇਸ਼ ਵਾਸਤੇ ਜ਼ਰੂਰ ਮਹਿਸੂਸ ਹੁੰਦਾ ਹੋਵੇਗਾ ਕਿ ਇੱਕ ਜਿਹੜੀ ਸ਼ਹਾਦਤ ਪਾਈ ਹੈ, ਪਰ ਪਰਿਵਾਰ ਦੇ ਵਿੱਚ ਕੀ ਮੰਗ ਕਰਦੇ ਹੋ ਆਪਾਂ ਅਤੇ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਸਰਕਾਰ? ਮੰਗ ਤਾਂ ਇਹੋ ਕਰਦੇ ਹਾਂ ਵੀ ਦੇਸ਼ ਦੀ ਰਾਖੀ ਕਰਦੇ ਸੀ ਉਹ, ਅਤੇ ਉਹਨਾਂ ਨੇ ਸ਼ਹੀਦੀ ਪਾਈ ਉੱਥੇ ਡਿਊਟੀ ਕਰਦੇ ਹਾਂ, ਅਤੇ ਉਹਦੀ ਸ਼ਹੀਦੀ ਦਾ ਮੁੱਲ ਪੈਣਾ ਚਾਹੀਦਾ, ਅਤੇ ਉਹਦੇ ਘਰ ਵਾਲੇ ਨੂੰ ਨੌਕਰੀ ਮਿਲਣੀ ਚਾਹੀਦੀ ਹੈ। ਬੱਚੇ ਬਿਲਕੁਲ ਛੋਟੇ ਆ ਹੀ ਉਸਦਾ, ਦੋਵੇਂ ਜੀ ਬਜ਼ੁਰਗ ਆ, ਉਹ ਆਪਣਾ ਘਰ ਚਲਾ ਸਕੇ, ਰੋਟੀ ਖਾ ਸਕੇ, ਬੱਚੇ ਪਾਲ ਸਕੇ। ਤੁਹਾਡਾ ਇੱਕ ਜਿਹੜੇ ਬੇਟੇ ਨੇ ਉਹ ਵੀ ਫੌਜ 'ਚ? ਹਾਂਜੀ, ਉਹ ਫੌਜ 'ਚ। ਉਹ ਕਿੱਥੇ ਡਿਊਟੀ ਕਰਦੇ? ਇੱਧਰ ਉਹਨਾਂ ਦੀ ਇੱਕ ਦੀ ਜੰਮੂ ਕਸ਼ਮੀਰ 'ਚ ਗਾੜੀ ਸ਼੍ਰੀਨਗਰ ਦੇ, ਦੂਜਾ ਫੌਰਨ ਕਿਹਾ ਬਾਹਰ। ਮਤਲਬ ਯਾਨੀ ਕਿ ਪਰਿਵਾਰ ਜਿਹੜਾ ਫੌਜੀਆਂ ਨਾਲ ਸੰਬੰਧਿਤ ਹੈ ਔਰ ਫੌਜ ਦੇ ਵਿੱਚ ਉਹ ਵੀ ਨੌਕਰੀ ਕਰਦੇ ਨੇ, ਅਤੇ ਕੀ ਗੱਲਬਾਤ ਅਫਸਰਾਂ ਨਾਲ ਕੋਈ ਹੋਈ ਕਦੋਂ ਸੰਸਕਾਰ ਬਾਰੇ ਕਿਹਾ ਉਹਨਾਂ ਨੇ? ਉਹਨਾਂ ਦੇ ਕੱਲ੍ਹ ਵੀ ਫੋਨ ਆਏ, ਮੇਜਰ ਸਾਹਿਬ ਦਾ ਆਇਆ ਸੀ, ਉਹਦਾ ਵੀ ਆਇਆ ਸੀ, ਇੱਕ ਹੋਰ ਦਾ ਪਤਾ ਨਹੀਂ, ਮੈਨੂੰ ਪਤਾ ਲੱਗਿਆ ਕੀ ਦੱਸਿਆ ਸੀ ਉਹਨਾਂ ਨੇ। ਉਹਨਾਂ ਨੇ ਦੁੱਖ ਸਾਂਝਾ ਕੀਤਾ ਸਾਡੇ ਨਾਲ ਵੀ ਬੜੀ ਦੁੱਖ ਵਾਲੀ ਗੱਲ ਹੋਈ ਆ, ਅਤੇ ਅਸੀਂ ਕੋਈ ਨਹੀਂ ਫਿਰ ਅਸੀਂ ਕਿਹਾ ਕੀ ਕਰ ਲੈਣਾ ਸੀ, ਚਲੋ ਕੋਈ ਨਹੀਂ, ਸਾਰ ਹੋ ਗਈ ਆ, ਅਤੇ ਬਾਕੀ ਆ ਵੀ ਅਸੀਂ ਕੋਈ ਕੁਛ ਕਰਨ ਡੇ ਹੋਸਪਿਟਲ ਉਹਦੀ। ਬਿਲਕੁਲ, ਆਪਾਂ ਗੱਲ ਕਰ ਲਈਏ ਤਾਂ ਪਿਤਾ ਜੀ ਦੀ ਅੱਖਾਂ 'ਚ ਹੰਝੂ ਇਸ ਵਕਤ ਤੁਸੀਂ ਦੇਖ ਸਕਦੇ ਵੀ ਜ਼ਰੂਰ ਨੇ ਕਿ, ਕਿਉਂਕਿ ਇੱਕ ਤਾਂ ਕੁਲਦੀਪ ਸਿੰਘ ਹੋਣਾ ਵੱਲੋਂ ਜਿਹੜੀ ਆ ਸ਼ਹਾਦਤ ਆਪਾਂ ਕਹਿ ਸਕਦੇ ਹਾਂ ਕਿ ਦੇਸ਼ ਦੇ ਲਈ ਸ਼ਹੀਦ ਹੋਏ ਨੇ। ਹਾਲਾਂਕਿ ਕੱਲ੍ਹ ਜਿਹੜਾ ਹੈ ਹੁਣ ਇੱਥੇ ਅੰਤਿਮ ਸੰਸਕਾਰ ਹੋਵੇਗਾ, ਉਹਨਾਂ ਦੀ ਗੱਲਬਾਤ ਹੋਈ ਹੈ, ਪਰਿਵਾਰ ਦੇ ਨਾਲ ਵੀ ਸਾਡੀ ਗੱਲਬਾਤ ਹੋਈ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਵੀ ਇਸ ਵੱਲ ਧਿਆਨ ਦੇਣਾ ਚਾਹੀਦਾ, ਜਦੋਂ ਕਿ ਦੇਸ਼ ਦੇ ਲਈ ਫੌਜੀ ਸ਼ਹੀਦ ਹੁੰਦੇ ਨੇ ਤਾਂ ਕੋਈ ਨੌਕਰੀ ਦਾ ਪ੍ਰਬੰਧ ਜਿਹੜਾ ਜ਼ਰੂਰ ਉਹਨਾਂ ਵਾਸਤੇ ਕਰਨਾ ਚਾਹੀਦਾ। ਹਾਲਾਂਕਿ ਦੋ ਕੁਲਦੀਪ ਸਿੰਘ ਹੋਣਾ ਦੇ ਜਿਹੜੇ ਨੇ ਜੀ ਕੀ ਕਹਿਣਾ? ਉਹ ਕਹਿਣ ਦਾ ਵੀ ਆਰਮੀ ਦੇ ਸਿਰ 'ਤੇ ਸਾਰਾ ਦੇਸ਼ ਸੌਂ ਰਿਹਾ, ਕਿਸੇ ਨੂੰ ਕੋਈ ਫਿਕਰ ਨਹੀਂ, ਰਾਤ ਨੂੰ ਕੋਈ ਰਾਖੀ ਕਰਦਾ, ਉਹ ਸਾਰੀ ਜ਼ਿੰਮੇਵਾਰੀ ਕੰਡੇ ਤੋਂ ਉਹਨਾਂ ਦੀ, ਦੇਸ਼ ਸੌਂ ਰਿਹਾ ਉਹਨਾਂ ਦੀ ਰਾਖੀ 'ਤੇ। ਬਿਲਕੁਲ, ਪਰਿਵਾਰ ਜਿਹੜਾ ਇਸ ਵਕਤ ਸੋਗ ਦੀ ਲਹਿਰ ਹੈ ਪਰਿਵਾਰ ਦੇ ਵਿੱਚ, ਸਾਰੇ ਪਰਿਵਾਰਿਕ ਜੀ ਔਰ ਆਸ ਪਾਸ ਦੇ ਲੋਕ ਜਿਹੜੇ ਨੇ ਦੂਰੋਂ ਦੁਰਾਡੋ ਇੱਥੇ ਪਹੁੰਚ ਰਹੇ ਨੇ। ਪਿੰਡ ਬੁਰਜ ਦੇ ਵਿੱਚ ਸਰਹੱਦੀ ਪਿੰਡ, ਪਿੰਡ ਬੁਰਜ ਹੈ, ਇੱਥੇ ਤਕਰੀਬਨ ਕਈ ਯੁਵਕ ਜਿਹੜੇ ਨੇ ਉਹ ਫੌਜ ਦੇ ਵਿੱਚ ਨੌਕਰੀ ਕਰਦੇ ਨੇ। ਔਰ ਇਸ ਤਰ੍ਹਾਂ ਕਹਿੰਦਾ ਸੀ ਕੁਲਦੀਪ ਸਿੰਘ, ਉਹਨਾਂ ਦਾ ਭਰਾ ਇੱਕ ਜਿਹੜਾ ਫੌਜ 'ਚ ਨੌਕਰੀ ਕਰਦਾ, ਕੁਲਦੀਪ ਸਿੰਘ ਉਹਨਾਂ ਦੇ ਜਦੋਂ ਕੱਲ੍ਹ ਗੋਲੀ ਲੱਗਦੀ ਹੈ ਤਾਂ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਮੌਤ ਹੋ ਜਾਂਦੀ ਹੈ। ਸੰਸਕਾਰ ਬਾਰੇ ਹਾਲੇ ਕੱਲ੍ਹ ਦੱਸਿਆ ਜਾ ਰਿਹਾ। ਤਰਨ ਤਾਰਨ ਤੋਂ ਸਿਧਾਰਥ ਅਰੋੜਾ, ਨਿਊਜ਼ 18।